ਜੇਕਰ ਤੁਸੀਂ ਮੰਨਦੇ ਹੋ ਕਿ ਤੁਸੀਂ ਬਿਜਲੀ ਘੱਟ ਖਰਚ ਕਰਦੇ ਹੋ ਅਤੇ ਤੁਹਾਡਾ ਬਿੱਲ ਜ਼ਿਆਦਾ ਆਉਂਦਾ ਹੈ, ਤਾਂ ਹੁਣ ਤੁਹਾਡੇ ਲਈ ਰਾਹਤ ਦੀ ਖਬਰ ਆਈ ਹੈ। ਜੀ ਹਾਂ, ਹੁਣ ਨਵੇਂ ਸਾਲ ਤੋਂ ਤੁਹਾਨੂੰ ਬਿਜਲੀ ਦਾ ਬਿੱਲ ਨਹੀਂ ਦੇਣਾ ਪਏਗਾ, ਕਿਉਂਕਿ ਮੋਦੀ ਸਰਕਾਰ ਵੱਲੋਂ ਬਿਜਲੀ ਦੇ ਮੀਟਰਾਂ ਨੂੰ ਪ੍ਰੀਪੇਡ ਕੀਤਾ ਜਾ ਰਿਹਾ, ਯਾਨੀ ਕਿ ਮੋਬਾਈਲ ਰਿਚਾਰਜ ਵਾਂਗ ਜਿੰਨਾ ਖਰਚ ਕਰੋਗੇ ਉਨਾ ਹੀ ਵਰਤੋਗੇ। ਜੀ ਹਾਂ, ਤੁਸੀਂ ਇਹਨਾਂ ਪ੍ਰੀਪੇਡ ਮੀਟਰਾਂ ਨੂੰ ਰੀਚਾਰਜ ਕਰ ਪਾਓਗੇ, ਜਿੰਨੇ ਦਾ ਰੀਚਾਰਜ ਕਰੋਗੇ ਉਨੀ ਹੀ ਬਿਜਲੀ ਤੁਹਾਨੂੰ 24 ਘੰਟੇ ਮਿਲੇਗੀ। ਇਸ ਦੇ ਨਾਲ ਨਾ ਤਾਂ ਹੁਣ ਬਿਜਲੀ ਜਾਣ ਦਾ ਡਰ ਰਹੇਗਾ ਅਤੇ ਨਾ ਹੀ ਵੱਧ ਬਿੱਲ ਆਉਣ ਦੀ ਟੈਨਸ਼ਨ। ਮੋਦੀ ਸਰਕਾਰ ਵੱਲੋਂ ਅਪ੍ਰੈਲ 2019 ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਸੋ ਹੁਣ ਬਿਜਲੀ ਖਰਚਣ ਦੇ ਬਦਲੇ ਬਿੱਲ ਨਹੀਂ ਬਲਕਿ ਮੀਟਰ ਨੂੰ ਰੀਚਾਰਜ ਕਰਵਾਓ ਅਤੇ ਉਨੀ ਹੀ ਬਿਜਲੀ ਪਾਓ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।